ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਕਹਾਣੀ ਦਾ ਨਾਮ ਹੈ ਚੁੰਨੀ ਅੰਤਾਂ ਦੀ ਖੂਬਸੂਰਤੀ ਦੀ ਮਾਲਕ ਸੀ ਪ੍ਰੀਤ ਬਾਰਮੀਪਾਸ ਮਿਹਨਤੀ ਤੇ ਸਾਊ ਉਸਦੀ ਸਾਦਗੀ ਹੀ ਉਸਦਾ ਗਹਿਣਾ ਸੀ ਸਧਾਰਨ ਜਿਹੇ ਪਹਿਰਾਵੇ ਵਿੱਚ ਵੀ ਉਸਦੀ ਖੂਬਸੂਰਤੀ ਹਰ ਸ਼ਖਸ ਨੂੰ ਮੋਹ ਲੈਂਦੀ ਪਰ ਉਸਦੀ ਖੂਬਸੂਰਤੀ ਹੀ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੁਸ਼ਮਣ ਸਾਬਿਤ ਹੋਈ ਪ੍ਰੀਤ ਇੱਕ ਛੋਟੇ ਕਿਸਾਨ ਦੀ ਧੀ ਸੀ ਜੋ ਕਰਜ਼ੇ ਦੇ ਬੋਝ ਤੋਂ ਮੁਕਤ ਹੋਣ ਲਈ ਫਾਹਲਾ ਮਰਿਆ ਨਿੱਕੀ ਉਮਰੇ ਬਾਪ ਦਾ ਸਾਯਾ ਸਿਰ ਤੋਂ ਉੱਠ ਗਿਆ ਮਾਂ ਨੇ ਘਰ ਘਰ ਭਾਂਡੇ ਮਾਜ ਕੇ ਤਿਹੜੀਆਂ ਕਰਕੇ ਪ੍ਰੀਤ ਨੂੰ ਬਾਰ੍ਹਵੀਂ ਕਰਵਾਈ ਤੇ ਘਰ ਦਾ ਖਰਚਾ ਔਖੇ ਹੋ ਕੇ ਤੋਰਦੀ ਰਹੀ ਪਰ ਹੁਣ ਉਸ ਦਾ ਸਰੀਰ ਵੀ ਜਵਾਬ ਦੇ ਗਿਆ ਸੀ ਬਿਮਾਰੀਆਂ ਨੇ ਉਹਨੂੰ ਘੇਰ ਲਿਆ ਤੇ ਹੁਣ ਇਹ ਜ਼ਿੰਮੇਵਾਰੀ ਪ੍ਰੀਤ ਦੇ ਸਿਰ ਤੇ ਪੈ ਗਈ ਸੀ ਉਸਦੇ ਘਰ ਜਿਵੇਂ ਮੁਸੀਬਤਾਂ ਦਾ ਕਹਿਰ ਟੈ ਗਿਆ ਹੋਵੇ। ਪ੍ਰੀਤ ਨੇ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਦੇਣੀ ਸ਼ੁਰੂ ਕੀਤੀ ਪਰ ਇਹ ਕੋਸ਼ਿਸ਼ ਤਾਂ ਜਿਵੇਂ ਊਂਟ ਦੇ ਮੂੰਹ ਵਿੱਚ ਜੀਰੇ ਵਾਲੀ ਕਹਾਵਤ ਸਾਵਤ ਹੁੰਦੀ ਜਾ ਰਹੀ ਸੀ। ਪ੍ਰੀਤ ਨੂੰ ਪਤਾ ਸੀ ਕਿ ਉਸ ਨੂੰ ਘਰੋਂ ਬਾਹਰ ਨਿਕਲਣਾ ਪੈਣਾ ਜੇਕਰ ਉਹ ਆਪਣੇ ਛੋਟੇ ਭੈਣ ਭਰਾ ਨੂੰ ਚੰਗੀ ਜ਼ਿੰਦਗੀ ਤੇ ਬਿਮਾਰ ਮਾਂ ਦਾ ਇਲਾਜ ਕਰਾਉਣਾ ਚਾਹੁੰਦੀ ਸੀ। ਉਸਨੇ ਆਪਣੀ ਇੱਕ ਸਹੇਲੀ ਦੀ ਮਦਦ ਨਾਲ ਕਲਰਕੀ ਲਈ ਵੱਖ-ਵੱਖ ਕੰਪਨੀਆਂ ਵਿੱਚ ਅਪਲਾਈ ਕੀਤਾ ਰੱਬ ਨੇ ਨੇੜੇ ਹੋ ਕੇ ਸੁਣੀ ਤੇ ਅਪਲਾਈ ਕਰਨ ਤੋਂ ਦੂਸਰੇ ਦਿਨ ਹੀ ਉਸ ਨੂੰ ਇੰਟਰਵਿਊ ਲਈ ਸੱਦਾ ਆਇਆ ਉਸਨੇ ਮਾਂ ਨੂੰ ਉਤਸ਼ਾਹਿਤ ਹੋ ਕੇ ਕਿਹਾ ਮਾਂ ਦੇਖੀ ਹੁਣ ਸਾਡੀਆਂ ਤੰਗੀਆਂ ਦੂਰ ਹੋ ਜਾਣਗੀਆਂ ਉਹ ਅਗਲੇ ਦਿਨ ਇੰਟਰਵਿਊ ਲਈ ਉਡੀਕ ਕਰ ਰਹੀ ਸੀ ਸਭ ਦੀਆਂ ਨਜ਼ਰਾਂ ਪ੍ਰੀਤ ਤੇ ਸਨ ਉਹਨੂੰ ਲੱਗਾ ਸ਼ਾਇਦ ਉਸਦਾ ਪਹਿਰਾਵਾ ਬਹੁਤ ਹੀ ਸਧਾਰਨ ਹੋਣ ਕਰਕੇ ਲੋਕ ਉਸਦੀ ਗਰੀਬੀ ਨੂੰ ਦੇਖ ਰਹੇ ਹਨ ਪਰ ਉਹਨੂੰ ਕੀ ਪਤਾ ਸੀ ਕਿ ਉਸਦੀ ਖੂਬਸੂਰਤੀ ਨਾਲ ਲੋਕ ਆਪਣੀਆਂ ਅੱਖਾਂ ਸੀਖ ਰਹੇ ਸਨ ਜਦੋਂ ਉਸਦੀ ਵਾਰੀ ਆਈ ਉਸਨੂੰ ਦੇਖਦੇ ਹੀ ਮਾਲਕ ਦਾ ਚਿਹਰਾ ਖਿੜ ਗਿਆ ਜਿਵੇਂ ਉਸਨੂੰ ਇਸ ਨੌਕਰੀ ਲਈ ਸਹੀ ਉਮੀਦਵਾਰ ਮਿਲ ਗਿਆ ਹੋਵੇ ਉਸਨੇ ਪ੍ਰੀਤ ਨੂੰ ਪਹਿਲਾ ਸਵਾਲ ਪੁੱਛਿਆ ਕਿ ਤੁਸੀਂ ਪਹਿਲਾਂ ਕਦੇ ਕਿਤੇ ਨੌਕਰੀ ਕੀਤੀ ਹੈ ਤੇ ਦੂਸਰਾ ਸਵਾਲ ਸੀ ਕਿ ਤੁਹਾਡੇ ਕੋਲ ਕੋਈ ਸ਼ਿਫਾਰਿਸ਼ ਹੈ ਪ੍ਰੀਤ ਦਾ ਮਨ ਟੁੱਟ ਗਿਆ ਕਿਉਂਕਿ ਦੋਵੇਂ ਸਵਾਲਾਂ ਦਾ ਜਵਾਬ ਨਾ ਸੀ ਮਾਲਕ ਨੇ ਉਸ ਨੂੰ ਵਿਜ਼ਿਟਿੰਗ ਕਾਰਡ ਫੜਾਇਆ ਤੇ ਕਿਹਾ ਕੋਈ ਗੱਲ ਨਹੀਂ ਇਹ ਮੇਰਾ ਪਤਾ ਤੇ ਫੋਨ ਨੰਬਰ ਤੁਸੀਂ ਟਾਈਮ ਕੱਢ ਕੇ ਰਾਤ ਦਾ ਖਾਣਾ ਮੇਰੇ ਨਾਲ ਖਾਇਓ ਤੇ ਅਸੀਂ ਇਸ ਬਾਰੇ ਚਰਚਾ ਕਰਾਂਗੇ ਇਹ ਕਹਿੰਦੇ ਕਹਿੰਦੇ ਜਿਵੇਂ ਮਾਲਕ ਨੇ ਆਪਣੀਆਂ ਨਜ਼ਰਾਂ ਨਾਲ ਪ੍ਰੀਤ ਦੇ ਪੂਰੇ ਸਰੀਰ ਦੀ ਸਕੈਨਿੰਗ ਕਰ ਲਈ ਹੋਵੇ ਸੱਚ ਕਿਹਾ ਕਿਸੇ ਨੇ ਕੱਪੜਿਆਂ ਨਾਲ ਸਿਰਫ ਪਰਦਾ ਹੁੰਦਾ ਹਿਫਾਜ਼ਤ ਤਾਂ ਨਜ਼ਰਾਂ ਨਾਲ ਹੁੰਦੀ ਪ੍ਰੀਤ ਹੁਣ ਤੱਕ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਮਾਲਕ ਉਹਦੇ ਨਾਲ ਰਾਤ ਦਾ ਖਾਣਾ ਕਿਉਂ ਖਾਣਾ ਚਾਹੁੰਦਾ ਸੀ हां एक ਗੱਲ ਹੋਰ ਤੁਸੀਂ ਬਹੁਤ ਸੋਹਣੇ ਹੋ ਇਹ ਚੁੰਨੀ ਨੂੰ ਸਿਰ ਤੋਂ ਲਾ ਕੇ ਗਲੇ ਵਿੱਚ ਪਾਓ ਥੋੜਾ ਮਾਡਰਨ ਬਣੋ ਜੇ ਇਹ ਨੌਕਰੀ ਕਰਨੀਆਂ ਤਾਂ ਥੋੜਾ ਪਹਿਰਾਵਾ ਮਾਡਰਨ ਕਰਨਾ ਪੈਣਾ ਪ੍ਰੀਤ ਨੇ ਉਸ ਨੂੰ ਪਲਟ ਕੇ ਜਵਾਬ ਦਿੱਤਾ ਸਰ ਮੈਨੂੰ ਇਹੋ ਜਹੀ ਨੌਕਰੀ ਨਹੀਂ ਚਾਹੀਦੀ ਇਸ ਤਰ੍ਹਾਂ ਪ੍ਰੀਤ ਨੂੰ ਚਾਰ ਇੰਟਰਵਿਊ ਦੇਣ ਦਾ ਮੌਕਾ ਮਿਲਿਆ ਪਰ ਅਫਸੋਸ ਉਸਦੀ ਖੂਬਸੂਰਤੀ ਉਸਦੀ ਜ਼ਿੰਦਗੀ ਲਈ ਸ਼ਰਾਪ ਬਣਦੀ ਜਾ ਰਹੀ ਸੀ ਇੱਕ ਵਿਅਕਤੀ ਲਈ ਉਸਦੀ ਦਿੱਖ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੁੰਦਾ ਹੈ ਪ੍ਰੀਤਿਕ ਅਜਹੀ ਦੁਨੀਆ ਵਿੱਚ ਰਹਿ ਰਹੀ ਸੀ ਜਿੱਥੇ ਸਰੀਰਕ ਦਿੱਖ ਨੂੰ ਸਤਕਾਰਿਆ ਜਾਂਦਾ ਹੈ ਤੇ ਬਹੁਤ ਵਾਰ ਇਹ ਦਿੱਖ ਸਤਿਕਾਰ ਨਹੀਂ ਵਾਸ਼ਨਾ ਨੂੰ ਜਨਮ ਦਿੰਦੀ ਹੈ ਖੂਬਸੂਰਤ ਹੋਣ ਦਾ ਸਭ ਤੋਂ ਵੱਡਾ ਨੁਕਸਾਨ ਹੈ ਅਣਚਾਹੀ ਧਿਆਨ ਦਾ ਕੇਂਦਰ ਬਣਨਾ ਸੋਹਣੇ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਪ੍ਰੀਤ ਨਾਲ ਵੀ ਕੁਝ ਇਹੋ ਜਿਹਾ ਹੋ ਰਿਹਾ ਸੀ। ਪ੍ਰੀਤ ਨੂੰ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਸੀ। ਉਸ ਨੂੰ ਇਸ ਦੁਨੀਆ ਤੋਂ ਘ੍ਰੇਣਾ ਆਉਣ ਲੱਗੀ। ਲੋਕਾਂ ਦੀਆਂ ਨਜ਼ਰਾਂ ਉਸਦੀ ਕਾਬਲੀਅਤ ਨਹੀਂ ਦੇਖ ਰਹੀਆਂ ਸਨ। ਬਸ ਉਸਦੀ ਚੁੰਨੀ ਨੂੰ ਜਿਵੇਂ ਕੱਲ ਤੋਂ ਖਿੱਚ ਕੇ ਪਰਾ ਸੁੱਟਣਾ ਚਾਹੁੰਦੇ ਸੀ। ਉਸ ਨੂੰ ਆਪਣੇ ਕੁੜੀ ਹੋਣ ਤੇ ਸ਼ਰਮ ਆਉਣ ਲੱਗੀ। ਆਪਣੇ ਹੱਥ ਵਿੱਚ ਫੜੀ ਫਾਈਲ ਨੂੰ ਦੇਖ ਕੇ ਉਹ ਇਹ ਸੋਚ ਰਹੀ ਸੀ ਕਿ ਮਾਂ ਦੇ ਲੋਕਾਂ ਦੇ ਘਰ ਭਾਂਡੇ ਮਾਜ-ਮਾਜ ਉਸ ਨੂੰ 12ਵੀਂ ਕਰਵਾਈ ਇਸ ਤੋਂ ਚੰਗਾ ਤਾਂ ਉਹ ਨਾ ਹੀ ਪੜਦੀ ਜੇ ਨੌਕਰੀ ਲਈ ਇਹ ਸਭ ਕਰਨਾ ਪੈਂਦਾ ਹੈ ਅੱਜ ਉਸ ਦਾ ਮਾਨ ਬਹੁਤ ਉਦਾਸ ਸੀ ਹਰ ਰੋਜ਼ ਦੀ ਤਰ੍ਹਾਂ ਉਹ ਗੁਰੂ ਘਰ ਸੇਵਾ ਕਰਨ ਗਈ ਪ੍ਰੀਤ ਲੰਗਰ ਹਾਲ ਵਿੱਚ ਪ੍ਰਸ਼ਾਦ ਦੇ ਤਿਆਰ ਕਰਦੀ ਹੁੰਦੀ ਸੀ ਪਰ ਅੱਜ ਉਹ ਗੁਰੂ ਘਰ ਜੋੜੇ ਸਾਫ ਕਰ ਰਹੀ ਸੀ ਦੇਖਦੇ ਹੀ ਦੇਖਦੇ ਬਹੁਤ ਭੀੜ ਇਕੱਠੀ ਹੋ ਗਈ ਪਤਾ ਲੱਗਾ ਕਿ ਗੁਰੂ ਘਰ ਨਜ਼ਦੀਕ ਗਾਣੇ ਦੀ ਸ਼ੂਟਿੰਗ ਚੱਲ ਰਹੀ ਹੈ ਪ੍ਰੀਤ ਦਾ ਜਰਾ ਵੀ ਮਨ ਨਹੀਂ ਕੀਤਾ ਜਾ ਕੇ ਦੇਖਣ ਨੂੰ ਉਹ ਆਪਣੀ ਚੁੰਨੀ ਨਾਲ ਜੋੜੇ ਸਾਫ ਕਰਦੀ ਰਹੀ ਅਚਾਨਕ ਪਿੱਛੋਂ ਕਿਸੇ ਨੇ ਉਸ ਨੂੰ ਬੁਲਾਇਆ ਹੈਲੋ ਮੈਡਮ ਪ੍ਰੀਤ ਨੇ ਮੁੜ ਕੇ ਦੇਖਿਆ ਉਸ ਦੇ ਸਾਹਮਣੇ ਇੱਕ ਔਰਤ ਖੜੀ ਸੀ ਜਿਸ ਨੇ ਗੋਗਲ ਲਾਏ ਹੋਏ ਸੀ ਤੇ ਪਹਿਰਾਵੀ ਤੋਂ ਅਮੀਰੀ ਝਲਕ ਰਹੀ ਸੀ ਪ੍ਰੀਤ ਨੇ ਉਸ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਮੈਂ ਤੁਹਾਨੂੰ ਕਾਫੀ ਦੇਰ ਤੋਂ ਦੇਖ ਰਹੀ ਸੀ ਤੁਸੀਂ ਬਹੁਤ ਹੀ ਖੂਬਸੂਰਤ ਹੋ ਮੇਰੀ ਮਾਡਲਿੰਗ ਕੰਪਨੀ ਹੈ ਕੀ ਤੁਸੀਂ ਮੇਰੀ ਕੰਪਨੀ ਵਿੱਚ ਕੰਮ ਕਰੋਗੇ ਪ੍ਰੀਤ ਨੂੰ ਪਤਾ ਸੀ ਕਿ ਉਸਦੀ ਖੂਬਸੂਰਤੀ ਨੂੰ ਆਫਰ ਮਿਲਿਆ ਨਾ ਕਿ ਉਸਦੀ ਕਾਬਲੀਅਤ ਨੂੰ ਤੇ ਮਾਡਲਿੰਗ ਕਰਦੀਆਂ ਕੁੜੀਆਂ ਨੂੰ ਅਕਸਰ ਉਹ ਟੀਵੀ ਤੇ ਗਾਣਿਆਂ ਵਿੱਚ ਦੇਖਦੀ ਰਹਿੰਦੀ ਹਸੀ ਮਾਡਲਿੰਗ ਲਈ ਪਹਿਰਾਵਾ ਵੀ ਮਾਡਰਨ ਚਾਹੀਦਾ ਸੀ ਇਸ ਲਈ ਉਸਨੇ ਇੱਕਦਮ ਨਾ ਕਰ ਦਿੱਤੀ ਉਹ ਔਰਥ ਥੋੜਾ ਮੁਸਕराई ਇਹ ਮੇਰਾ ਵਿਜ਼ਿਟਿੰਗ ਕਾਰਡ ਹੈ ਜੇ ਵਿਚਾਰ ਬਣਿਆ ਤਾਂ ਆ ਜਾਮੀ ਕਿਸਮਤ ਨੂੰ ਲੱਤਾਂ ਨਾ ਮਾਰ ਥੋੜਾ ਸੋਚ ਕੇ ਫੈਸਲਾ ਕਰੀ ਜਦੋਂ ਪ੍ਰੀਤ ਘਰ ਪਹੁੰਚੀ ਤਾ ਮਾਂ ਮੰਜੇ ਤੇ ਪਈ ਬੁਖਾਰ ਨਾਲ ਤੜਫ ਰਹੀ ਸੀ ਉਸਦੀ ਦਵਾਈ ਮੁੱਕ ਗਈ ਸੀ ਛੋਟੀ ਭੈਣ ਭਰਾ ਵੀ ਰੋ ਰਹੇ ਸੀ ਕਿ ਸਕੂਲ ਵਾਲੇ ਫੀਸ ਮੰਗ ਰਹੇ ਹਨ ਗਵੰਡਾ ਨੇ ਲਾਲੇ ਦਾ ਸਨੇਹਾ ਦਿੱਤਾ ਕਿ ਉਧਾਰ ਚੁਕਾ ਜਾਵੇ ਨਹੀਂ ਤਾਂ ਹੋ ਰਾਸ਼ਨ ਨਹੀਂ ਮਿਲੇਗਾ ਪ੍ਰੀਤ ਨੇ ਕਮਰੇ ਵਿੱਚ ਜਾ ਕੇ ਪੇਟੀ ਖੋਲੀ ਤੇ ਨੋਟਾਂ ਦੀ ਗਿਣਤੀ ਸ਼ੁਰੂ ਕੀਤੀ ਸਿਰਫ 375 ਰੁਪਏ ਖਰਚਾ 5000 ਤੋਂ ਵੱਧਾ ਸੀ ਪ੍ਰੀਤ ਨੇ ਉਸ ਔਰਤ ਦੇ ਦਿੱਤੇ ਵਿਜ਼ਿਟਿੰਗ ਕਾਰਡ ਨੂੰ ਆਪਣੀ ਚੁੰਨੀ ਨਾਲ ਗੱਠ ਦਿੱਤੀ ਸੀ ਉਸ ਨੇ ਚੁੰਨੀ ਨੂੰ ਦਿੱਤੀ ਗੱਠ ਖੋਲੀ ਤੇ ਕਾਰਡ ਪੜਿਆ ਅਗਲੇ ਦਿਨ ਪ੍ਰੀਤ ਉਸ ਔਰਤ ਨੂੰ ਮਿਲਣ ਪਹੁੰਚ ਗਈ ਉਸ ਔਰਤ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰੀਤ ਨੂੰ ਆਪਣੇ ਪਹਿਲੇ ਮਾਡਲਿੰਗ ਫੋਟੋ ਸ਼ੂਟ ਲਈ 10000 ਦਿੱਤੇ ਗਏ ਤੇ ਅਗਲੇ 1 ਸਾਲ ਲਈ ਉਸ ਨੂੰ ਕੰਪਨੀ ਵਿੱਚ ਕੰਮ ਕਰਨ ਲਈ ਇਕਰਾਰਨਾਮਾ ਲਿਆ ਗਿਆ ਜਦੋਂ ਪ੍ਰੀਤ ਕੰਮ ਤੇ ਮਾਡਲਿੰਗ ਲਈ ਤਿਆਰ ਹੋਣ ਲੱਗੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੀ ਚੁੰਨੀ ਲਾ ਕੇ ਉਹ ਪਹਿਰਾਵਾ ਪਾਉਣਾ ਪਿਆ ਜਿਸ ਨੂੰ ਪਹਿਣ ਕੇ ਉਹ ਬਹੁਤ ਸ਼ਰਮ ਮਹਿਸੂਸ ਕਰ ਰਹੀ ਸੀ ਪਰ ਉਸ ਦੀਆਂ ਮਜਬੂਰੀਆਂ ਨੇ ਉਸ ਤੇ ਗਲਤ ਚੁੰਨੀ ਲਾ ਦਿੱਤੀ ਸੀ ਜੋ ਪ੍ਰੀਤ ਲੋਕਾਂ ਦੀ ਹਵਸ ਭਰੀਆਂ ਨਜ਼ਰਾਂ ਦੇ ਅੱਗੇ ਨਹੀਂ ਚੁੱਕੀ ਅੱਜ ਉਸ ਨੂੰ ਆਪਣੀਆਂ ਮਜਬੂਰੀਆਂ ਸਾਹਮਣੇ ਝੁਕਣਾ ਪਿਆ ਉਸਨੇ ਬੇਵਸੀ ਵਿੱਚ ਆਪਣੀ ਚੁੰਨੀ ਕਮਰੇ ਵਿੱਚ ਕੀਲੀ ਉੱਤੇ ਟੰਗ ਦਿੱਤੀ ਜਦੋਂ ਨਿਕਲੇ ਪਟੋਲਾ ਬਣ ਕੇ ਦੀ ਮਾਡਲ ਪ੍ਰੀਤ ਮਾਡਲਿੰਗ ਦੀ ਦੁਨੀਆ ਵਿੱਚ ਮਸ਼ਹੂਰ ਹੋ ਗਈ ਸੋ ਧੰਨਵਾਦ ਜੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ।